ਜੀ ਦੋਸਤੋ, ਹਾਜ਼ਰਾ ਲੈ ਕੇ ਫਿਲਮ ਲਾਵਾਂ ਫੇਰੀ ਦਾ ਰਿਵਿਊ। ਫਿਲਮ ਵਿੱਚ ਰੋਸ਼ਨ ਪ੍ਰਿੰਸ ਨੇ ਕਿਰਦਾਰ ਨਿਭਾਇਆ ਰੋਮਾਂਟਿਕ ਹੀਰੋ ਅਤੇ ਜੀਜਿਆਂ ਥੱਲੇ ਲੱਗੇ ਸਾਲੇ ਹਨੀ ਦਾ, ਅਤੇ ਰੁਬੀਨਾ ਬਾਜਵਾ ਬਣੀ ਹੈ ਸਨਕੀ ਬਾਪੂ ਦੀ ਆਗਿਆਕਾਰ ਧੀ। ਮਲਕੀਤ ਰੌਣੀ ਬਣੇ ਨੇ ਆਪੇ ਬਣੇ ਜਥੇਦਾਰ ਅਤੇ ਨਾਲੇ ਹਨੀ ਦੇ ਬਾਪੂ ਜੀ, ਅਤੇ ਰੁਪਿੰਦਰ ਰੂਪੀ ਬਣੀ ਹੈ ਜਵਾਈਆਂ ਦੀ ਬਾਲੀ ਸਾਊ ਸੱਸ ਅਤੇ ਹਨੀ ਦੀ ਬੇਬੇ। ਬੀ ਐਨ ਸ਼ਰਮਾ ਬਣੇ ਨੇ ਮੌਰੀਸ਼ਸ ਦੇ ਕੁਪੱਤੇ ਸਣਕੀ ਪੁਲਿਸ ਅਫਸਰ ਬਖਤਾਵਰ ਸਿੰਘ, ਅਤੇ ਨਾਲੇ ਵਿਚਾਰੀ ਨੀਤੂ ਦੇ ਕੱਬੇ ਪਾਪਾ ਅਤੇ ਹਨੀ ਦੇ ਜੀਜਿਆਂ ਦੇ ਸ਼ਰੀਕ। ਜੀਜਿਆਂ ਤੋਂ ਯਾਦ ਆਇਆ, ਸਭ ਤੋਂ ਵੱਡੇ ਜੀਜਾ ਜੀ ਉਰਫ ਪੀ ਆਰ ਟੀ ਸੀ ਦੇ ਬੱਸ ਡਰਾਈਵਰ ਬਣੇ ਨੇ ਗੁਰਪ੍ਰੀਤ ਘੁੱਗੀ। ਕਬਾੜ ਦੇ ਠੇਕੇਦਾਰ ਨੇ ਕਰਮਜੀਤ ਅਨਮੋਲ, ਪਤਾ ਨਹੀਂ ਕਿੰਨੇ ਕੁ ਅਨਮੋਲ ਬਚੇ ਹੋਣੇ ਆ ਕਿਉਂਕਿ ਉਹਨਾਂ ਪ੍ਰੋਡਿਊਸਰ ਬਣ ਕੇ ਫਿਲਮ 'ਤੇ ਪੈਸਾ ਬਹੁਤ ਖਰਚਿਆ। ਅਤੇ ਤੀਜੇ ਜੀਜਾ ਜੀ ਨੇ ਮੁਹੱਲੇ ਦੇ ਆਪੇ ਬਣੇ ਮੁੱਖ ਮੰਤਰੀ ਧਾਲੀਵਾਲ ਸਾਹਿਬ, ਯਾਨੀ ਹਰਬੀਰ ਸੰਘਾ। ਕਹਾਣੀ, ਸਕਰੀਨ ਪਲੇ ਅਤੇ ਡਾਇਲੋਗ ਲਿਖੇ ਹਨ ਗੰਭੀਰ ਨਾਟਕਾਂ ਤੋਂ ਛੜੱਪਾ ਮਾਰ ਕੇ ਫਿਲਮਾਂ 'ਚ ਆਏ ਪਾਲੀ ਭੁਪਿੰਦਰ ਸਿੰਘ ਨੇ, ਅਤੇ ਡਾਇਰੈਕਸ਼ਨ ਹੈ ਕੈਰੀ ਓਨ ਜੱਟਾਂ ਤੋਂ ਬਾਅਦ ਪੂਰੀ ਤਰ੍ਹਾਂ ਕੈਰੀਡ ਅਵੇ ਹੋ ਚੁੱਕੇ ਸਮੀਪ ਕੰਗ ਦੀ। ਕਹਾਣੀ ਤਾਂ ਟ੍ਰੇਲਰ ਵਿੱਚ ਹੀ ਸਾਫ਼ ਹੋ ਜਾਂਦੀ ਹੈ, ਦੇਸੀ ਹਨੀ ਅਤੇ ਮੌਰੀਸ਼ਸ ਰਹਿੰਦੀ ਮਾਡਰਨ ਨੀਤੂ ਨੂੰ ਆਪਸ 'ਚ ਪਿਆਰ ਹੋ ਜਾਂਦਾ। ਨੀਤੂ ਦਾ ਫਾਦਰ ਬਖਤਾਵਰ ਸਿੰਘ ਵਿਆਹ ਲਈ ਤਿਆਰ ਤਾਂ ਹੋ ਜਾਂਦਾ ਪਰ ਸਾਦਾ ਵਿਆਹ ਕਰਨ ਦੀ ਸ਼ਰਤ ਰੱਖ ਦਿੰਦਾ, ਜਿਸ ਕਰਕੇ ਆਮ ਪੰਜਾਬੀ ਵਿਆਹਾਂ ਵਿੱਚ ਖਿਲਾਰਾ ਪਾਉਣ ਦੇ ਸ਼ੌਕੀਨ ਜੀਜਿਆਂ ਨੂੰ ਆਪਣੀ ਹੱਦ ਤੱਕ ਮਹਿਸੂਸ ਹੁੰਦੀ ਹੈ। ਜੀਜੇ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਲਈ ਅਤੇ ਇੱਕ ਸਾਂਡੂ ਤੋਂ ਦੂਜਾ ਸਾਂਡੂ ਆਪਣੇ ਆਪ ਨੂੰ ਵੱਡਾ ਤੀਸ ਮਾਰਖਾਂ ਸਾਬਤ ਕਰਨ ਲਈ ਕੋਈ ਨਾ ਕੋਈ ਬੇਸਿਰ ਪੈਰ ਦਾ ਪੰਗਾ ਪਾਈ ਰੱਖਦੇ ਨੇ, ਜਿਸ ਕਰਕੇ ਨੀਤੂ ਦੇ ਪਿਤਾ ਅਤੇ ਹਨੀ ਦੇ ਪਰਿਵਾਰ ਵਿੱਚ ਤਲਖੀ ਵੱਧਦੀ ਜਾਂਦੀ ਹੈ ਅਤੇ ਆਖਰ ਲਾਵਾਂ ਫੇਰੇ ਹੋਣੇ ਜਾਂ ਨਹੀਂ ਇਹ ਸਵਾਲ ਖੜਾ ਹੋ ਜਾਂਦਾ। ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਜੀਜਿਆਂ ਦੇ ਰੌਲੇ ਰੱਪੇ ਉੱਤੇ ਆਧਾਰਿਤ ਕਾਮੇਡੀ ਹੈ। ਫਿਲਮ ਦੀ ਸ਼ੁਰੂਆਤ ਵਿੱਚ ਇੰਝ ਲੱਗਿਆ ਸੀ ਕਿ ਲੇਖਕ ਅਤੇ ਡਾਇਰੈਕਟਰ ਨੇ ਸਾਦੇ ਵਿਆਹਾਂ 'ਚ ਕੀਤਾ ਜਾਂਦਾ ਫੁਕਰਾਪੁਣਾ ਅਤੇ ਰਿਸ਼ਤਿਆਂ ਵਿੱਚ ਆਉਂਦੀ ਜਾਂਦੀ ਈਗੋ ਦੇ ਮਸਲੇ ਬਾਰੇ ਗੱਲ ਕਰਨੀ ਹੈ। ਫਿਲਮ ਇਹਨਾਂ ਮਸਲਿਆਂ ਨੂੰ ਛੂੰਹਦੀ ਵੀ ਹੈ ਪਰ ਬਿਨਾਂ ਕੋਈ ਸਾਰਥਕ ਨਤੀਜੇ 'ਤੇ ਪਹੁੰਚੇ। ਫਿਲਮ ਅੰਤ ਵਿੱਚ ਆਪ ਹੀ ਇਸ ਸਭ ਕੁਝ ਨੂੰ ਸਥਾਪਿਤ ਅਤੇ ਪ੍ਰਵਾਨਿਤ ਕਰ ਦਿੰਦੀ ਹੈ। ਕਹਾਣੀ ਦੀ ਗੱਲ ਕਰੀਏ, ਕਹਾਣੀ ਵਿੱਚ ਇੰਨੇ ਇਨਗਰੀਡੀਐਂਟਸ ਹੈ ਹੀ ਨਹੀਂ ਕਿ ਇਸ ਨੂੰ 2 ਘੰਟਿਆਂ ਤੱਕ ਇੱਕ ਆਪ ਮੁਹਾਰੇ ਤੁਰਦੇ ਸਕਰੀਨ ਪਲੇ ਵਿੱਚ ਫੈਲਾਇਆ ਜਾ ਸਕੇ। ਸੋ ਲੇਖਕ ਅਤੇ ਨਿਰਦੇਸ਼ਕ ਦਰਸ਼ਕਾਂ ਨੂੰ ਬੰਨੀ ਰੱਖਣ ਵਾਸਤੇ ਕਾਮੇਡੀ ਦਾ ਗਰਮ ਮਸਾਲਾ ਲੋੜੋਂ ਵੱਧ ਵਰਤ ਰਹੇ ਨੇ। ਇਸ ਵਾਸਤੇ ਮਜਬੂਰਨ ਉਹਨਾਂ ਨੂੰ ਇੱਕ ਇੱਕ ਕਰਕੇ ਤਿੰਨੇ ਜੀਜਿਆਂ ਨੂੰ ਵਾਰੋ ਵਾਰੀ ਲਿਆਉਣਾ ਪੈਂਦਾ ਹੈ ਅਤੇ ਉਹਨਾਂ ਤੋਂ ਲਗਭਗ ਮਿਲਦੀਆਂ ਜੁਲਦੀਆਂ ਇੱਕੋ ਜਿਹੀਆਂ ਊਲ ਜਲੂਲ ਹਰਕਤਾਂ ਕਰਾਉਣੀਆਂ ਪੈਂਦੀਆਂ ਹਨ, ਜਿਸ ਨਾਲ ਕਹਾਣੀ ਵਿੱਚ ਮਾੜਾ ਮੋਟਾ ਤਣਾਅ ਪੈਦਾ ਹੁੰਦਾ ਹੈ। ਪਰ ਇੱਕ ਤੋਂ ਬਾਅਦ ਆਏ ਇੱਕ ਜੀਜਿਆਂ ਦੇ ਦੁਹਰਾਅ ਦ੍ਰਿਸ਼ ਹੌਲੀ ਹੌਲੀ ਇਸ ਨੂੰ ਬੋਰਿੰਗ ਅਤੇ ਖਿੱਚੀ ਹੋਈ ਬਣਾ ਦਿੰਦੇ ਹਨ। ਇੰਟਰਵਲ ਤੱਕ ਮਸਾਂ 2 ਹੀ ਜੀਜੇ ਆਪਣਾ ਸਿਆਪਾ ਪਾ ਸਕਦੇ ਹਨ, ਸੋ ਇੰਟਰਵਲ ਤੋਂ ਬਾਅਦ ਕਹਾਣੀ ਵਿੱਚ ਕੋਈ ਨਵਾਂ ਮੋੜ ਆਉਣ ਦੀ ਸੰਭਾਵਨਾ ਲਗਭਗ ਖਤਮ ਹੋ ਜਾਂਦੀ ਹੈ ਅਤੇ ਫਿਲਮ ਦਾ ਦੂਜਾ ਹਿੱਸਾ ਤੀਸਰਾ ਜੀਜਾ ਸਭ ਤੋਂ ਜ਼ਿਆਦਾ ਖਾ ਜਾਂਦਾ ਹੈ। ਲੈ ਦੇ ਕੇ ਕਹਾਣੀ ਉੱਥੇ ਹੀ ਖੜੀ ਰਹਿੰਦੀ ਹੈ। ਹਾਂ, ਕੁਝ ਕੁਝ ਥਾਵਾਂ 'ਤੇ ਕਾਮੇਡੀ ਡਾਇਲੋਗਸ ਹਸਾਉਂਦੇ ਜ਼ਰੂਰ ਹਨ ਪਰ ਉਹ ਕਹਾਣੀ ਨੂੰ ਅੱਗੇ ਤੋਰਨ ਵਿੱਚ ਕੋਈ ਮਦਦ ਨਹੀਂ ਕਰਦੇ। ਇਸੇ ਤਰ੍ਹਾਂ ਗੀਤ ਵੀ ਬਸ ਇੱਕ ਤੋਂ ਬਾਅਦ ਇੱਕ ਆ ਰਹੇ ਪੰਚਾਂ ਤੋਂ ਥੋੜ੍ਹੀ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਬਤੌਰ ਲੇਖਕ ਪਾਲੀ ਭੁਪਿੰਦਰ ਸਿੰਘ ਨੇ ਇੱਕ ਖਾਲੀ ਸਟੋਰੀ ਵਿੱਚ ਜਾਣ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਦੂਜੀ ਵਧੀਆ ਗੱਲ ਇਹ ਹੈ ਕਿ ਲੇਖਕ ਨੇ ਹਰ ਕਿਰਦਾਰ ਨੂੰ ਪੂਰੀ ਤਰ੍ਹਾਂ ਘੜਿਆ ਹੈ ਅਤੇ ਉਸਰਨ ਦਾ ਮੌਕਾ ਦਿੱਤਾ ਹੈ। ਫਿਰ ਵੀ ਇਹ ਸਮਝ ਨਹੀਂ ਆਉਂਦਾ ਕਿ ਆਪ ਪੰਜਾਬੀ ਹੁੰਦੇ ਹੋਏ ਬਖਤਾਵਰ ਨੂੰ ਪੰਜਾਬ ਦੇ ਰਸਮਾਂ ਰਿਵਾਜ਼ਾਂ ਤੋਂ ਕੀ ਸਮੱਸਿਆ ਹੈ, ਸਾਦੇ ਵਿਆਹ ਦੇ ਨਾਂ 'ਤੇ ਉਹ ਇੰਨਾ ਸਣਕੀ ਕਿਉਂ ਹੈ ਕਿ ਰਿਸ਼ਤਿਆਂ ਦੀਆਂ ਭਾਵਨਾਵਾਂ ਨੂੰ ਵੀ ਨਹੀਂ ਸਮਝਦਾ। ਇਸ ਤਰ੍ਹਾਂ ਦੇ ਸਣਕੀ ਮਾਨਸਿਕਤਾ ਵਾਲੇ ਕਿਰਦਾਰ ਅਸਲ ਜ਼ਿੰਦਗੀ ਵਿੱਚ ਹੁੰਦੇ ਤਾਂ ਨਹੀਂ ਪਰ ਉਹਨਾਂ ਦੀ ਇਸ ਮਾਨਸਿਕਤਾ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜਿਸ ਬਾਰੇ ਫਿਲਮ ਚੁੱਪ ਹੈ। ਇਸੇ ਤਰ੍ਹਾਂ ਅੰਤ ਤੋਂ ਪਹਿਲਾਂ ਇਹ ਦਿਖਾਇਆ ਜਾਂਦਾ ਹੈ ਕਿ ਜੀਜਿਆਂ ਨੂੰ ਆਪਣੀ ਕੀਤੀ 'ਤੇ ਪਛਤਾਵਾ ਹੁੰਦਾ ਹੈ ਅਤੇ ਉਹ ਫੁਕਰਪੁਣਾ ਛੱਡ ਕੇ ਗੰਭੀਰ ਹੁੰਦੇ ਨੇ, ਇੰਨੇ ਗੰਭੀਰ ਕਿ ਉਹ ਲਾੜੀ ਨੂੰ ਘਰੋਂ ਭਜਾ ਕੇ ਆਪਣੇ ਸਾਲੇ ਦਾ ਵਿਆਹ ਕਰਾਉਂਦੇ ਨੇ। ਪਰ ਅੰਤ 'ਤੇ ਆ ਕੇ ਹਨੀ ਦਾ ਚਾਚਾ ਸਮੀਰ ਕੰਗ ਕਹਿੰਦਾ ਹੈ ਕਿ ਜੀਜੇ ਤਾਂ ਮੋਮ ਦਾ ਨੱਕ ਹੁੰਦੇ ਨੇ, ਉਹਨਾਂ ਨੂੰ ਪਿਆਰ ਨਾਲ ਮੋੜਨਾ ਪੈਂਦਾ ਹੈ। ਯਾਨੀ ਜੀਜਿਆਂ ਦਾ ਮਨ ਅਸਲ ਵਿੱਚ ਬਦਲਿਆ ਨਹੀਂ, ਬਸ ਇੱਕ ਸਕੀਮ ਲਾ ਕੇ ਉਹਨਾਂ ਨੂੰ ਵਰਤ ਲਿਆ ਗਿਆ। ਫਿਰ ਇਹ ਸਮਝ ਨਹੀਂ ਆਉਂਦੀ ਕਿ ਚਾਚੇ ਸਮੀਪ ਕੰਗ ਨੇ ਜਿਹੜੀ ਸਕੀਮ ਬਖਤਾਵਰ ਨਾਲ ਮਿਲ ਕੇ ਬਣਾਈ ਸੀ ਉਸਨੂੰ ਨੇਪਰੇ ਚਾੜਨ ਲਈ ਇਹੋ ਜਿਹੀ ਕਿਹੜੀ ਗਿੱਦੜ ਸਿੰਗੀ ਜੀਜਿਆਂ ਮੂਹਰੇ ਸਿੱਟੀ ਕਿ ਉਹ ਉਸਦੀ ਸਕੀਮ ਮੁਤਾਬਕ ਚੱਲਣ ਲਈ ਤਿਆਰ ਹੋ ਗਏ। ਇਸ ਬਾਰੇ ਵੀ ਕੋਈ ਦ੍ਰਿਸ਼ ਕੋਈ ਕਲੈਰਿਟੀ ਫਿਲਮ 'ਚ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸਕਰੀਨ ਪਲੇ ਵਿੱਚ ਕਈ ਤਰ੍ਹਾਂ ਦੇ ਗੈਪ ਹਨ ਜਿਸ ਨੂੰ ਕਾਮੇਡੀ ਫਿਲਮਾਂ ਵਿੱਚ ਸਿਨੇਮੈਟਿਕ ਲਿਬਰਟੀ ਦੇ ਨਾਂ 'ਤੇ ਬੜੀ ਖੁੱਲ੍ਹ ਕੇ ਵਰਤ ਲਿਆ ਜਾਂਦਾ ਹੈ। ਇਸ ਦੀਆਂ ਕੁਝ ਉਦਾਹਰਨਾਂ ਦੇਖੋ, ਭਲਾ ਬਰਾਤ ਲਿਜਾਣ ਲਈ ਕੈਲੇ ਨੂੰ ਮੌਰੀਸ਼ਸ ਦੀ ਸਰਕਾਰੀ ਬੱਸ ਕਿਵੇਂ ਮਿਲ ਗਈ? ਕਿ ਉਹ ਬੱਸ ਚੋਰੀ ਭਜਾ ਕੇ ਲਿਆਏ ਸਨ? ਜੇ ਹਾਂ ਤਾਂ ਮੌਰੀਸ਼ਸ ਦੀ ਪੁਲਿਸ ਉਹਨਾਂ ਪਿੱਛੇ ਕਿਉਂ ਨਾ ਲੱਗੀ? ਜੇ ਉਹ ਮਨਜ਼ੂਰੀ ਲੈ ਕੇ ਆਏ ਸਨ
ਤਾਂ ਬੱਸ ਕੰਪਨੀ ਨੇ ਡਰਾਈਵਰ ਨਾਲ ਕਿਉਂ ਨਹੀਂ ਭੇਜਿਆ? ਭਲਾ ਕੈਲੇ ਜੀਜੇ ਨੇ ਬਿਨਾਂ ਮੌਰੀਸ਼ਸ ਦੇ ਲਾਇਸੈਂਸ ਦੇ ਉੱਥੋਂ ਦੀਆਂ ਸੜਕਾਂ 'ਤੇ ਬੱਸ ਕਿਵੇਂ ਚਲਾ ਦਿੱਤੀ? ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਹਨਾਂ ਮੁਲਕਾਂ ਵਿੱਚ ਡਰਾਈਵਿੰਗ ਲਾਇਸੈਂਸ ਲੈਣੇ ਇੰਨੇ ਸੌਖੇ ਨਹੀਂ ਹੁੰਦੇ, ਖਾਸ ਕਰ 5-7 ਮਿੰਟ 'ਚ ਲਾਇਸੈਂਸ ਮਿਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋ ਕਾਮੇਡੀ ਨਾਲੋਂ ਵੱਧ ਹਾਸਾ ਇਹਨਾਂ ਟੱਪਲਿਆਂ 'ਤੇ ਹੀ ਆ ਜਾਂਦਾ ਹੈ। ਨਿਰਦੇਸ਼ਕ ਨੇ ਇਹ ਕਿਰਦਾਰਾਂ ਨੂੰ ਪਰਦੇ ਉੱਤੇ ਖੁੱਲ੍ਹ ਕੇ ਸਾਹਮਣੇ ਆਉਣ ਦਾ ਪੂਰਾ ਮੌਕਾ ਦਿੱਤਾ ਹੈ। ਤਿੰਨੇ ਹੀ ਜੀਜਿਆਂ ਦੇ ਰੂਪ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਰਬੀ ਸੰਘਾ ਪੂਰੀ ਜਾਨ ਪਾ ਦਿੰਦੇ ਹਨ। ਲਗਭਗ ਤਿੰਨੇ ਹੀ ਪੂਰੀ ਫਿਲਮ ਵਿੱਚ ਆਪਣੇ ਦਿੱਤੇ ਹੋਏ ਕਿਰਦਾਰਾਂ ਦੇ ਅੰਦਰ ਰਹੇ ਹਨ। ਕਹਾਣੀ ਵਿੱਚ ਜਾਨ ਨਾ ਹੋਣ ਕਰਕੇ ਡਾਇਰੈਕਟਰ ਨੂੰ ਕਾਮੇਡੀ ਡਾਇਲੋਗਸ ਦੇ ਨਾਲ ਨਾਲ ਇਹਨਾਂ ਤਿੰਨ ਕਲਾਕਾਰਾਂ ਦੀ ਪਰਫਾਰਮੈਂਸ ਉੱਤੇ ਹੀ ਨਿਰਭਰ ਰਹਿਣਾ ਪਿਆ ਹੈ, ਜਿਸ ਉੱਤੇ ਖਰਾ ਉਤਰਨ ਦੀ ਤਿੰਨਾਂ ਨੇ ਹੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਨਿਰਦੇਸ਼ਕ ਦੇ ਕਰਨ ਲਈ ਹੋਰ ਕੋਈ ਬਹੁਤਾ ਸਕੋਪ ਸੀ ਵੀ ਨਹੀਂ। ਰੋਸ਼ਨ ਪ੍ਰਿੰਸ ਦੀ ਅਦਾਕਾਰੀ ਵਿੱਚ ਐਨਰਜੀ ਹਾਲੇ ਵੀ ਉੱਭਰ ਕੇ ਸਾਹਮਣੇ ਆਉਂਦੀ ਨਜ਼ਰ ਨਹੀਂ ਲੱਗ ਰਹੀ। ਇੱਕ ਤਾਂ ਉਸਦਾ ਕਿਰਦਾਰ ਹੀ ਹਾਰਿਆ ਗਿਆ ਸੀ, ਉੱਪਰੋਂ ਉਸਦੀ ਆਪਣੀ ਐਨਰਜੀ ਵੀ ਡਾਊਨ ਹੀ ਲੱਗਦੀ ਰਹੀ। ਰੁਬੀਨਾ ਬਾਜਵਾ ਲਈ ਹਾਲੇ ਦਿੱਲੀ ਦੂਰ ਹੈ। ਸਕ੍ਰੀਨ ਪਲੇ ਵਿੱਚ ਵੈਸੇ ਵੀ ਜੀਜਾ, ਭੈਣਾਂ, ਭਾਬੀਆਂ ਅਤੇ ਮਾਪੇ ਛਾਏ ਹੋਏ ਹਨ, ਸੋ ਹੀਰੋ ਹੀਰੋਇਨ ਵਾਸਤੇ ਕੁਝ ਵੀ ਨਹੀਂ ਸੀ। ਜਿੰਨੀ ਕੋਈ ਵੀ ਫਿਲਮ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਉਹ ਜੀਜਾ ਕਰਕੇ ਹੀ ਹੈ। ਐਡੀਟਰ ਰੋਹਿਤ ਧੀਮਾਨ ਨੇ ਇੰਨੇ ਖਿਲਾਰੇ ਵਾਲੇ ਸਕ੍ਰੀਨ ਪਲੇ ਨੂੰ ਠੀਕ ਠਾਕ ਸਮੇਟ ਲਿਆ ਹੈ। ਬੈਕਗਰਾਊਂਡ ਸਕੋਰ ਫਿਲਮ ਦੇ ਹਲਕੇ ਫੁਲਕੇ ਮਾਹੌਲ ਨੂੰ ਸਪੋਰਟ ਕਰਦਾ ਹੈ। ਸਿਨੇਮੈਟੋਗ੍ਰਾਫਰ ਯੁਵਰਾਜ ਇੰਦੌਰੀਆ ਨੂੰ ਜੀਜਿਆਂ ਤੋਂ ਜਿੰਨੀ ਕੁ ਵੇਲ ਮਿਲੀ ਉਹ ਥੋੜ੍ਹਾ ਬਹੁਤ ਮੌਰੀਸ਼ਸ ਦੇ ਨਜ਼ਾਰੇ ਦਿਖਾਉਣ ਵਿੱਚ ਸਫਲ ਰਿਹਾ ਹੈ। ਮੇਰੇ ਵੱਲੋਂ ਇਸ ਵਨ ਟਾਈਮ ਵਾਚ ਲਾਵਾਂ ਫੇਰੇ ਨੂੰ 2 ਸਟਾਰ। ਤੁਹਾਨੂੰ ਇਹ ਰਿਵਿਊ ਪਸੰਦ ਆਇਆ ਤਾਂ ਥੰਬਸ ਅਪ ਜ਼ਰੂਰ ਦੇਣਾ। ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਆਪਣੀ ਰਾਏ ਤੁਸੀਂ ਹੇਠਾਂ ਕਮੈਂਟਸ ਵਿੱਚ ਦੇ ਸਕਦੇ ਹੋ, ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਉਹ ਸਬਸਕ੍ਰਾਈਬ ਵਾਲਾ ਲਾਲ ਬਟਨ ਜ਼ਰੂਰ ਨੱਪ ਦੇਣ। ਅਗਲੀ ਕਿਸੇ ਫਿਲਮ ਦਾ ਰਿਵਿਊ ਲੈ ਕੇ ਫਿਰ ਆਵਾਂਗਾ, ਤਦ ਤੱਕ ਲਈ ਗੁੱਡ ਬਾਏ।